ਬਠਿੰਡਾ ਦੇ ਮਾੜ ਮੰਡੀ ਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪਹੁੰਚੇ ਜਿੱਥੇ ਉਨ੍ਹਾਂ ਨੇ ਮਾੜ ਬਾਬਾ ਬਲਾਸ ਸੰਘਰਸ਼ ਕਮੇਟੀ ਅਤੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਆਉਣ ਵਾਲੇ ਦਿਨਾਂ ਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ। ਨਾਲ ਹੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਇਸ ਦੀ ਜਾਂਚ ਨਹੀਂ ਕਰ ਸਕਦੀ ਤਾਂ ਇਸ ਦੀ ਜਾਂਚ CBI ਤੋਂ ਕਰਵਾਉਣੀ ਚਾਹੀਦੀ ਹੈ। ਅੱਜ ਵੀ ਸਾਡੀ ਇਹ ਮੈਂ ਇਹਨਾਂ ਦੀ ਤਾਇਦ ਕਰਦਾ ਇਹਨਾਂ ਦੇ ਬਿਆਨ ਦੀ ਕਿ ਅਗਰ ਤੁਹਾਨੂੰ ਲੱਗਦਾ ਕਿ ਸਾਡੇ 'ਚੋਂ ਕੋਈ ਜਿੱਦਾਂ ਬੰਬ ਮੌੜ ਬੰਬ ਕਾਂਡ ਦੇ ਵਿੱਚ ਝੂਠਾ ਇਲਜ਼ਾਮ ਲਾਤਾ, ਜਿਹੜੀ ਮਰਜ਼ੀ ਏਜੰਸੀ ਤੋਂ ਜਾਂਚ ਕਰਾ ਲਓ। ਤੱਥ ਇਹ ਨੇ ਗੁੰਡਾ ਟੈਕਸ ਦੇ ਕਿ ਇਹ ਵੱਡੇ ਵੱਡੇ ਤਾਕਤਵਰ ਲੋਕ ਇਹਦੇ ਵਿੱਚ ਇਨਵੋਲਵ ਨੇ। ਜਿੱਦਾਂ ਮੈਂ ਬੋਲਦੇ ਕਿਹਾ ਵਾ ਕਿ ਚੀਫ ਮਿਨਿਸਟਰ ਸਾਹਿਬ ਨੇ ਕੈਬਨਿਟ ਵਿੱਚ ਇੱਕ ਮਿਨਿਸਟਰ ਦੂਜੇ ਮਿਨਿਸਟਰ ਨੂੰ ਕਹਿ ਰਿਹਾ ਸਾਹਮਣੇ ਵਿੱਤ ਮੰਤਰੀ ਨੂੰ ਕਿ ਤੁਹਾਡੇ ਸਾਲੇ ਜੋਜੋ ਦਾ ਨਾਮ ਆ ਰਿਹਾ ਇਹਦੇ ਵਿੱਚ ਜੀ। ਚੀਫ ਮਿਨਿਸਟਰ ਸਾਹਿਬ ਕਹਿੰਦੇ ਆ DGP ਨੂੰ ਟੈਲੀਫੋਨ ਮਿਲਾਓ, ਟੈਲੀਫੋਨ ਮਿਲਾ ਕੇ ਕਹਿੰਦੇ ਗੁੰਡਾ ਟੈਕਸ ਇਮੀਡੀਏਟਲੀ ਬੰਦ ਹੋਣਾ ਚਾਹੀਦਾ। ਇਹ ਗੱਲ ਹੋ ਗਈ 8-10 ਦਿਨ ਪੁਰਾਣੀ ਅਤੇ ਗੁੰਡਾ ਟੈਕਸ ਦੀਆਂ ਖਬਰਾਂ ਅੱਜ ਵੀ ਆ ਰਹੀਆਂ। ਅੱਜ ਮੈਂ 4 ਵਜੇ ਰਿਫਾਇਨਰੀ ਵਿੱਚ ਜਾ ਰਿਹਾ ਹਾਂ। ਕਿਉਂ ਨਹੀਂ ਬੰਦ ਹੋ ਰਿਹਾ? ਕਿਉਂਕਿ ਇਹ ਸਾਰੇ ਆਪ ਇਨਵੋਲਵ ਨੇ। ਮੈਂ ਇੱਕ ਨਾਮ ਲਿਆ ਸੀ ਹੁਣ ਇੱਥੋਂ ਆਦਮੀਆਂ ਦਾ, ਪੱਪੀ। ਪੱਪੀ ਕੌਣ ਆ? ਪੱਪੀ ਇਜ਼ ਰਣਿੰਦਰ ਸਿੰਘ ਟਿੱਕੂ ਦਾ ਖਾਸੋ ਖਾਸ ਬੰਦਾ, ਉਹਦਾ ਨਾਮ ਆ ਰਿਹਾ ਇਹਦੇ ਵਿੱਚ। ਔਰ ਜੇ ਪੱਪੀ ਆਦਨੀਆਂ ਦਾ ਨਾਮ ਆ ਰਿਹਾ, ਇਹਦਾ ਮਤਲਬ ਟਿੱਕੂ ਦਾ ਨਾਮ ਆ ਰਿਹਾ। ਜੇ ਟਿੱਕੂ ਦਾ ਆ ਰਿਹਾ, ਦੈਟ ਮੀਨਸ ਅਮਰਿੰਦਰ ਸਿੰਘ ਇਜ਼ ਇਨਵੋਲਵ। ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਸਾਬਤ ਕਰ ਚੁੱਕੇ ਨੇ ਰਾਣੇ ਗੁਰਜੀਤ ਦੇ ਕਾਂਡ ਵਿੱਚ 10 ਮਹੀਨੇ ਰਾਣੇ ਗੁਰਜੀਤ ਨੂੰ ਬਚਾਉਂਦੇ ਰਹੇ। ਕਿਉਂ? ਕਿਉਂਕਿ ਆਪਣੀ ਇਨਵੋਲਵਮੈਂਟ ਸੀ ਰਾਣੇ ਦੇ ਥਰੂ, ਫਾਈਨੈਂਸ਼ੀਅਲ ਇਨਵੋਲਵਮੈਂਟ ਸੀ। ਜੇ ਸਟੇਟ ਵਿੱਚ ਚੀਫ ਮਿਨਿਸਟਰ ਅਤੇ ਮਿਨਿਸਟਰ ਦੀ ਆਪਣੀ ਇਨਵੋਲਵਮੈਂਟ ਫਾਈਨੈਂਸ਼ੀਅਲ ਆ ਗਈ ਆ, ਉਹ ਕਿੱਦਾਂ ਬੰਦ ਕਰਾ ਲੈਣਗੇ ਸਾਰੇ ਕੰਮਾਂ ਨੂੰ? ਔਰ ਮੈਂ ਅੱਜ ਇੱਥੇ ਤੁਹਾਡੇ ਜ਼ਰੀਏ ਹੋਰ ਮੰਗ, ਮੈਂ ਉੱਥੇ ਬਠਿੰਡੇ ਵੀ ਕਹਿਣਾ ਵਾ, ਗੁੰਡਾ ਟੈਕਸ ਕਹਿ ਕੇ ਕਿ ਉੱਦਾਂ ਹੀ ਕਰੀ ਜਾਂਦੇ ਇੱਧਰ ਉੱਧਰ। ਮੈਂ ਕਹਿਣਾ ਕਿ ਜੇ ਹੁਣ ਚੀਫ ਮਿਨਿਸਟਰ ਨੂੰ ਪਤਾ ਲੱਗ ਗਿਆ ਕਿ ਗੁੰਡਾ ਟੈਕਸ ਗ੍ਰਾਹੀ ਹੋ ਰਹੀ, ਮੰਨ ਗਿਆ ਉਹ, DGP ਨੂੰ ਕਹਿ ਦਿੱਤਾ, ਹੀ ਮਸਟ ਟੈਲ ਦ ਪੀਪਲ ਆਫ ਪੰਜਾਬ ਕਿ ਪਿਛਲੇ ਕਿੰਨੇ ਦੇਰ ਤੋਂ ਗੁੰਡਾ ਟੈਕਸ ਚੱਲਦਾ ਸੀ ਇੱਥੇ ਪੰਜਾਬ 'ਚ, ਕੌਣ ਕੌਣ ਲੋਕ ਗੁੰਡਾ ਟੈਕਸ ਦੀ ਗ੍ਰਾਹੀ ਕਰ ਰਹੇ ਸੀਗੇ, ਕਿੰਨਾ ਅਮਾਊਂਟ ਸੀਗਾ, ਔਰ ਉਹ ਅਮਾਊਂਟ ਜਿਹੜਾ ਗੁੰਡਾ ਟੈਕਸ ਇਕੱਠਾ ਕੀਤਾ, ਚਾਹੇ ਉਹ ਕੰਟਰੈਕਟਰਸ ਤੋਂ ਕੀਤਾ, ਕਿਸੇ ਤੋਂ ਕੀਤਾ, ਉਹ ਗੁੰਡਾ ਟੈਕਸ ਦਾ ਪੈਸਾ ਰਿਕਵਰ ਕੀਤਾ ਜਾਣਾ ਚਾਹੀਦਾ, ਵਰਨਾ ਉਹਦਾ ਕੋਈ ਐਕਸ਼ਨ ਨਹੀਂ ਸਮਝਿਆ ਜਾਊਗਾ। ਰਾਣਾ ਗੁਰਜੀਤ ਬਾਰੇ ਮੈਂ ਹੁਣ ਕੀ ਕਹਿਣਾ, ਉਹ ਕਹਿੰਦੇ ਅੰਗਰੇਜ਼ੀ 'ਚ, ਮੈਂ ਉਦੋਂ ਵੀ ਸੁਣਾਇਆ ਸੀਗਾ, ਦੈਟ ਦੇਰ ਇਜ਼ ਨੋ ਪੁਆਇੰਟ ਫਲੋਗਿੰਗ ਅ ਡੈਡ ਹਾਰਸ, ਜਿਹੜਾ ਘੋੜਾ ਆਲਰੇਡੀ ਖਤਮ ਹੋ ਚੁੱਕਾ ਉਹਦਾ, ਦੇਰ ਇਜ਼ ਨੋ ਪੁਆਇੰਟ। ਪਰ ਉਹ ਕਹਿੰਦੇ ਨੇ ਕਿ ਜੋ ਕਰੋਗੇ ਉਹ ਭੁਗਤੋਗੇ, ਜੋ ਬੀਜੋਗੇ ਉਹ ਵੱਢੋਗੇ। ਔਰ ਇਹਨਾਂ ਨੇ ਸਾਰੀ ਭ੍ਰਿਸ਼ਟਾਚਾਰ ਤੇ ਠੱਗੀਆਂ ਠੋਰੀਆਂ ਤੇ ਫਰੋਡ ਕੀਤੇ ਨੇ ਉਹ ਫੜ ਲਏ ਨੇ। ਮੈਨੂੰ ਇਹ ਮੌੜ ਬਾਰੇ ਮੈਂ ਪਹਿਲੀ ਗੱਲ ਤਾਂ ਕਹਿ ਸਕਦਾ ਕਿ ਸਾਡੀ ਹਮਦਰਦੀ ਆ ਉਹਨਾਂ ਦੇ ਨਾਲ। ਮੈਂ ਉਹਨਾਂ ਦੇ ਘਰਾਂ 'ਚ ਵੀ ਗਿਆ ਸੀਗਾ, ਮੈਂ ਜਸਕਰਨ ਦੇ ਵੀ ਘਰ ਗਿਆ ਵਾਂ। ਔਰ ਬੜੇ ਅਫਸੋਸ ਦੀ ਗੱਲ ਆ ਕਿ ਸਾਲ ਤੋਂ ਵੱਧ ਸਮਾਂ ਹੋ ਗਿਆ ਅਤੇ ਮੌੜ ਬਾਰੇ ਹਲੇ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਗਾ। ਕਾਰਨ ਇਹਦੇ ਪਿੱਛੇ ਸਪਸ਼ਟ ਕਾਰਨ ਆ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਨਾ ਕੋਈ ਪੋਲੀਟੀਕਲ ਕੌਨਸਪਿਰੇਸੀ ਆ। ਇਹ ਹੁਣ ਗਵਰਨਮੈਂਟ ਹੀ ਦੱਸ ਸਕਦੀ ਹੈ ਨਾ ਜੀ। ਕਾਂਗਰਸ ਦਾ ਉਮੀਦਵਾਰ ਕਹਿੰਦਾ ਮੈਨੂੰ ਮਾਰਨ ਦੀ ਸਾਜਿਸ਼ ਸੀਗੀ। ਇੱਕ ਪਾਸੇ ਜਿਹੜੀ ਕਾਰ ਆਈ ਆ ਉਹਦਾ ਡੇਰੇ ਦੇ ਨਾਲ ਕਨੈਕਸ਼ਨ ਜੁੜ ਰਿਹਾ ਵਾ। ਸੋ ਚੀਫ ਮਿਨਿਸਟਰ ਮਸਟ ਟੈਲ ਦ ਪੀਪਲ ਆਫ ਪੰਜਾਬ ਕਿ ਇਹਦੇ ਪਿੱਛੇ ਕੀ ਸਾਜਿਸ਼ ਸੀਗੀ, ਕੌਣ ਆ? ਔਰ ਪਹਿਲਾਂ ਇਲੈਕਸ਼ਨਾਂ ਵਿੱਚ ਇਸ ਨੂੰ ਪੋਲੀਟੀਕਲ ਮੁੱਦਾ ਬਣਾ ਕੇ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਿਰ ਜੜ ਦਿੱਤਾ, ਔਰ ਸਾਡਾ ਸਾਰੀ ਸ਼ਹਿਰੀ ਪੰਜਾਬ ਦੀ ਵੋਟ ਨੂੰ ਡਰਾਉਣ ਦੇ ਮਨਸੂਬੇ ਦੇ ਨਾਲ ਦੋਨਾਂ ਪਾਰਟੀਆਂ ਨੇ ਜੁਆਇੰਟਲੀ ਅਟੈਕ ਕੀਤਾ। ਅਤੇ ਹੁਣ 12-13-14 ਮਹੀਨਿਆਂ ਤੋਂ ਬਾਅਦ ਦੱਸ ਨਹੀਂ ਰਹੇ ਕਿ ਮੌੜ ਬੰਬ ਕਾਂਡ ਦੇ ਵਿੱਚ ਕੌਣ ਰਿਸਪੋਂਸੀਬਲ ਹੈ। ਔਰ ਇੰਨੀ ਲੰਬੀ ਜਾਂਚ, ਅਸੀਂ ਤਾਂ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਇਹਦੀ CBI ਤੋਂ ਜਾਂਚ ਕਰਾ ਲਓ, ਟਾਈਮ ਬਾਉਂਡ ਜਾਂਚ ਕਰਾਓ ਜਿਹਨਾਂ ਲੋਕਾਂ ਨੂੰ, ਔਰ ਜਿਹਨਾਂ ਦੇ ਨਾਲ ਬੇਇਨਸਾਫੀ ਹੋਈ ਆ, ਜਿਹੜੇ ਬੱਚੇ ਮਰੇ ਨੇ ਉਹਨਾਂ ਨੂੰ, ਜਿਹੜੀ ਉਹਨਾਂ ਨੇ ਕੰਪਨਸੇਸ਼ਨ, ਜਿਹੜੀ ਉਹਨਾਂ ਦੀ ਐਕਸ਼ਨ ਕਮੇਟੀ ਬਣੀ ਆ, ਉਹ ਕੰਪਨਸੇਸ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਆ। ਉਹਨਾਂ ਨੂੰ ਗਵਰਨਮੈਂਟ ਜੋਬਸ ਮਿਲਣੇ ਚਾਹੀਦੇ ਆ, ਕਿਉਂਕਿ ਕਸੂਰ ਕਿਹਦਾ ਵਾ?